ਇਸ ਵੇਲੇ ਦੀ ਵੱਡੀ ਖਬਰ ਕੈਨੇਡਾ ਤੋਂ ਆ ਰਹੀ ਹੈ ਜਿੱਥੇ ਦੋਸਤਾਂ ਨਾਲ ਸੈਰ-ਸਪਾਟਾ ਕਰਨ ਵਾਟਰਫਾਲ ਤੇ ਗਏ ਇੱਕ ਭਾਰਤੀ ਵਿਦਿਆਰਥੀ ਦੀ ਡੁੱਬਣ ਕਾਰਨ ਮੌਤ ਹੋ ਗਈ। ਇਹ ਦੁਖਦ ਘਟਨਾ 온ਟਾਰੀਓ ਦੇ ਥੰਡਰਬੇ ਇਲਾਕੇ ਵਿੱਚ ਸਿਲਵਰ ਫਾਲਸ ਵਾਟਰਫਾਲ ਤੇ ਵਾਪਰੀ। ਜਦੋਂ ਭਾਰਤੀ ਵਿਦਿਆਰਥੀ ਨੇ ਪਾਣੀ ਵਿੱਚ ਨਹਾਉਣ ਦਾ ਮਨ ਬਣਾਇਆ, ਲੈਨਨ ਕੁਮਾਰ ਆਪਣੇ ਦੋਸਤਾਂ ਨਾਲ ਤੈਰਾਕੀ ਕਰਦਿਆਂ ਡੂੰਘੇ ਪਾਣੀ ਵਿੱਚ ਚਲਾ ਗਿਆ ਅਤੇ ਵਾਪਸੀ ਨਾ ਕਰ ਸਕਿਆ। ਭਾਰਤ ਦੇ ਆਂਧਰਾ ਪ੍ਰਦੇਸ਼ ਸੂਬੇ ਨਾਲ ਸੰਬੰਧਤ ਪੋਲੂਕੁੰਡਾ ਨਾਗਾ ਲੈਨਨ ਕੁਮਾਰ ਦੇ ਪੈਚਾ ਜੀ ਭਾਰਤ ਦੇ ਆਂਧਰਾ ਪ੍ਰਦੇਸ਼ ਨਾਲ ਸੰਬੰਧਤ ਪੋਲੂਕੁੰਡਾ ਨਾਗਾ ਲੈਨਨ ਕੁਮਾਰ 2 ਸਾਲ ਪਹਿਲਾਂ ਕੰਪਿਊਟਰ ਸਾਇੰਸ ਵਿੱਚ ਐਮ ਐਸ ਸੀ ਕਰਨ ਕੈਨੇਡਾ ਆਇਆ ਸੀ ਅਤੇ ਹਾਲ ਹੀ ਵਿੱਚ ਫਾਈਨਲ ਸੈਮੈਸਟਰ ਦੇ ਇਮਤਿਹਾਨ ਦੇਣ ਮਗਰੋਂ ਨਤੀਜੇ ਦੀ ਉਡੀਕ ਕਰਨ ਲੱਗਾ ਪੜ੍ਹਾਈ ਮੁਕੰਮਲ ਹੋਣ ਤੇ ਉਹ ਆਪਣੀ ਕਾਬਲੀਅਤ ਮੁਤਾਬਕ ਨੌਕਰੀ ਦੀ ਭਾਲ ਵਿੱਚ ਜੁਟਿਆ ਰਿਹਾ ਕੈਨੇਡਾ ਵਿੱਚ ਦਿਹਾੜੇ ਮੌਕੇ ਕੈਨੇਡਾ ਦੇ ਹਾੜੇ ਮੌਕੇ ਲੌਂਗ ਵੀਕਐਂਡ ਦੌਰਾਨ ਲੈਨਨ ਕੁਮਾਰ ਅਤੇ ਉਸਦੇ ਦੋਸਤਾਂ ਨੇ ਥੰਡਰਬੇ ਇਲਾਕੇ ਵਿੱਚ ਪੈਂਦੇ ਸਿਲਵਰ ਫਾਲਸ ਵਾਟਰਫਾਲ ਬਿਖੇ ਜਾਣ ਦਾ ਫੈਸਲਾ ਕੀਤਾ ਭਾਵੇਂ ਲੈਨਨ ਕੁਮਾਰ ਨੂੰ ਤੈਰਨਾ ਆਉਂਦਾ ਸੀ ਪਰ ਡੂੰਘੇ ਪਾਣੀ ਵਿੱਚ ਉਹ ਆਪਣਾ ਸੰਤੋਲਨ ਗਵਾ ਬੈਠਾ ਅਤੇ ਕਿਨਾਰੇ ਵੱਲ ਪਰਤਣਾ ਮੁਸ਼ਕਲ ਹੋ ਗਿਆ ਲੈਨਨ ਕੁਮਾਰ ਨੂੰ ਡੁੱਬਦਾ ਵੇਖ ਕੰਡੇ ਤੇ ਬੈਠੇ ਦੋਸਤਾਂ ਨੇ ਰੌਲਾ ਪਾ ਦਿੱਤਾ ਅਤੇ ਆਲੇ-ਦੁਆਲੇ ਮੌਜੂਦ ਕੁਝ ਲੋਕ ਉਸਨੂੰ ਬਚਾਉਣ ਵਾਸਤੇ ਪੁੱਜੇ ਪਰ ਲੈਨਨ ਕੁਮਾਰ ਮੋੜ ਪਾਣੀ ਦੇ ਉੱਪਰ ਨਜ਼ਰ ਨਾ ਆਇਆ ਉਧਰ ਭਾਰਤ ਦੇ ਆਂਧਰਾ ਪ੍ਰਦੇਸ਼ ਸੂਬੇ ਦੇ ਮਛਲੀਪਟਨਮ ਵਿਖੇ ਰਹਿੰਦੇ ਲੈਨਨ ਕੁਮਾਰ ਦੇ ਮਾਮੇ ਵੇਣੂ ਗੋਪਾਲ ਰਾਓ ਨੇ ਦੱਸਿਆ ਕਿ ਉਹਨਾਂ ਨੂੰ ਸੋਮਵਾਰ ਰਾਤ ਲੈਨਨ ਦੇ ਦੋਸਤਾਂ ਦਾ ਫੋਨ ਆਇਆ ਜਿਨ੍ਹਾਂ ਨੇ ਹਾਦਸੇ ਬਾਰੇ ਜਾਣਕਾਰੀ ਦੱਸੀ ਦੋ ਜਣਿਆਂ ਨੂੰ ਤੈਰਨਾ ਨਹੀਂ ਸਿ ਆਉਂਦਾ ਜਿਸ ਕਾਰਨ ਉਹ ਕੰਡੇ ਤੇ ਬੈਠ ਗਏ ਅਤੇ ਲੈਨਨ ਆਪਣੇ ਇੱਕ ਦੋਸਤ ਨਾਲ ਤੈਰਾਕੀ ਕਰਨ ਲੱਗਾ ਉਸਨੇ ਇੱਕ ਵਾਰ ਝਰਨੇ ਹੇਠ ਬਣੀ ਕੀਲ ਵਿੱਚ ਪੂਰਾ ਚੱਕਰ ਕਰ ਲਿਆ ਅਤੇ ਕੁਝ ਦੇਰ ਆਰਾਮ ਕਰਨ ਮਗਰੋਂ ਦੂਜੀ ਵਾਰ ਤੈਰਾਕੀ ਕਰਦਾ ਹੋਇਆ ਡੂੰਘੇ ਪਾਣੀ ਵੱਲ ਚਲਾ ਗਿਆ ਪਰ ਇਸ ਵਾਰ ਵਾਪਸੀ ਕਰਨੀ ਮੁਸ਼ਕਲ ਹੋ ਰਹੀ ਸੀ ਅਤੇ ਉਹ ਡਾਮਾ ਡੋਲ ਹੋ ਗਿਆ ਲੈਨਿੰਦਰ ਦੇ ਦੋਸਤ ਜਦੋਂ ਬੇਵੱਸ ਹੋ ਗਏ ਤਾਂ ਉਨ੍ਹਾਂ ਨੇ ਐਮਰਜੈਂਸੀ ਨੰਬਰ ਤੇ ਕਾਲ ਕੀਤੀ ਪੁਲਿਸ ਅਤੇ ਰਾਹਤ ਟੀਮਾਂ ਵੱਲੋਂ ਤੁਰਤ ਮੌਕੇ ਤੇ ਪੁੱਜ ਕੇ ਲੈਨਨ ਕੁਮਾਰ ਦੀ ਭਾਲ ਸ਼ੁਰੂ ਕੀਤੀ ਗਈ ਪਰ ਉਸ ਦੀ Laash ਹੀ ਬਰਾਮਦ ਕੀਤੀ ਜਾ ਸਕੀ ਮਛਲੀਪਟਨਮ ਲੋਕ ਸਭਾ ਹਲਕੇ ਤੋਂ ਐਮਪੀ ਵੱਲਬ ਨੇਨੀ ਬਲਾਸ਼ੋਰੀ ਵੱਲੋਂ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਅਤੇ ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨਾਲ ਗੱਲਬਾਤ ਕਰਕੇ ਲੈਨਨ కుమార్ ਦੀ ਦੇਹ ਭਾਰਤ ਲਿਆਉਣ ਦੀ ਅਪੀਲ ਕੀਤੀ ਗਈ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਮੱਛੀਆਂ ਫੜ ਰਹੇ ਤਿੰਨ ਭਾਰਤੀ ਨੌਜਵਾਨਾਂ ਦੀ ਮੌਤ ਹੋ ਗਈ ਸੀ ਜਦੋਂ ਅਚਾਨਕ ਉਹਨਾਂ ਦੀ ਕਿਸ਼ਤੀ ਡੁੱਬ ਗਈ ਹਾਲਾਂਕਿ ਤਿੰਨਾਂ ਨੂੰ ਤੈਰਨਾ ਆਉਂਦਾ ਸੀ ਪਰ ਤੈਰ ਕੇ ਇਹਨਾਂ ਵਿੱਚੋਂ ਕੋਈ ਬਾਹਰ ਨਾ ਆ ਸਕਿਆ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਦੀ ਰਿਪੋਰਟ ਮੁਤਾਬਕ ਇਹਨਾਂ ਦੀ ਪਛਾਣ ਜਿਓ ਪੱਲੀ ਕੈਵਨ ਸ਼ਾਹ ਵਰਗੀਜ਼ ਅਤੇ ਐਮ ਐਲ ਜੋਹਾਨਨ ਵਜੋ ਕੀਤੀ ਗਈ ਸੀ ਕਈ ਦੁਖਦ ਹਾਦਸੇ ਪਿਛਲੇ ਦਿਨੀ ਕੈਨੇਡਾ ਵਿੱਚ ਵਾਪਰ ਚੁੱਕੇ ਨੇ ਅਤੇ ਭਾਰਤ ਵਿੱਚ ਰਹਿੰਦੇ ਇਹਨਾਂ ਦੇ ਮਾਪਿਆਂ ਤੇ ਦੁੱਖਾਂ ਦੇ ਪਹਾੜ ਟੁੱਟ ਰਹੇ ਨੇ